ले तली हुई चीज नहीं लिया थी मैंने। तली भाजी कोई ना फीक तो खा लेने खो भाजी सारा कोई चलता इतने नहीं वो मैं प्लेयर तो खाते नहीं होंगे भाजी सारा कोई चलता भाजी प्लेयर हर एक चीज माफ है लो लो भाजी प्लेयर सारा कुछ माफ है और भाजी एदा की नहीं कोई गल जे मेहनत बंदे की की है हां जो मर्जी खा सकता है रोज भी भाजी कच्चे कच्चे खा लो कदे कदा दिन होंगे कदे खा लो गए रोज रोज भी नहीं खा हों चीज फिर ताकत वाली चीज ही खानी पैंती है ताकत वाली चीजा कि भाजी इदा हम तो ठंड है बदम अंडे उंडे दलिया बना लिया जा वे प्रोटीन जा गेनर कोई भी वो यूज कर दे विटामिन नाल हो गया मल्टी विटामिन फिश ऑयल इदा दी चीजा जी नैचुरल डाइट मखनी के दुध है ना जा वो बकरे का चार भाजी पाली दा वा जिदा ड्राई करके ओनू तेल च फ्राई करके जिदा हुण इह तुसीं आप बनाउणे हो इह भाजी हां तैयार करवा लईदा हलवाई जिदा मुंडा हैगा उत्तों तरवा तैयार करवा लईदा जां देसी आयुर्वैदिक स्वर्म हो गई चां सोना चांदी लोकी प्लेयर भजदे आ होर चीजां नूं सप्लीमेंट खा लिए होर गलत चीजां गलत नॉलेज मिलन लग जांदी उहनां नूं गलत पासे जांदे जिहड़ी घर दी खुराक है उही वधिया जिहड़ी नैचुरल चीजां खाओ मीट मूट घरे बकरे दा चार पा लो सरों तेल फ्राई करके वधिया कोई जान पछाण वाला उत्तों बनवा लो 10-12 किलो खाओ जिहड़ी ताकत वाली चीज है ना वधिया नॉलेज दो इह नहीं हैगा जे मैं अज चीज गलत करदा मैं किसी नूं गलत गाइड करी जावां ਤੁਹਾਡੇ ਕਦੇ ਆਇਆ ਨਹੀਂ ਦਿਮਾਗ 'ਚ ਵੀ ਮੈਂ ਵੀ ਕੁਛ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਾਂ ਜੇ ਬੋਡੀ ਬਣ ਜਾਵੇ ਵੱਡਾ ਭਾਰ ਹੋ ਜਾਵੇ ਬੋਡੀ ਕਰਨੀ ਭਾਜੀ ਨੰਬਰ ਚਾਹੀਦਾ ਬੋਡੀ ਨੇ ਕੀ ਕਰਨਾ ਉੱਥੇ ਜਦ ਨੰਬਰ ਇੱਦਾਂ ਹੀ ਮਿਲੀ ਜਾਂਦਾ ਬੋਡੀ ਕੀ ਕਰਨੀ ਹੈ ਸਹੀ ਹੈ ਨਾ ਗੇਮ ਤਾਂ ਨੰਬਰ ਦੀ ਆ ਨੰਬਰ ਚਾਹੀਦਾ ਵਾ ਹੈ ਨਾ ਬੋਡੀ ਨੇ ਉੱਥੇ ਹੀ ਕਰਨਾ ਬੋਡੀ ਭਾਵੇਂ ਜਿੱਡੀ ਮਰਜ਼ੀ ਹੈ ਤਾਂ ਵੱਡੀਆਂ ਵੱਡੀਆਂ ਬੋਡੀਆਂ ਨੇ ਡੈ ਪੈਂਦੇ ਆ ਵਜ਼ਨ ਕਿੰਨਾ ਤੁਹਾਡਾ ਵਜ਼ਨ ਭਾਜੀ ਹੋਣਾ ਮੇਰਾ ਇਸ ਟਾਈਮ ਹੁਣ 82-83 ਕਿਲੋ ਭਾਜੀ 84 ਮੈਨੂੰ ਲੱਗਦਾ ਕੋਈ ਬਾਲਾ ਇੱਧਰ ਕਿਤੇ ਵਧਿਆ ਵੀ ਨਹੀਂ ਹੋਣਾ ਵੀ ਇਹਨੂੰ 100 ਤੋਂ ਉੱਤੇ ਨਹੀਂ ਇੱਥੇ ਥੋੜਾ ਵੈਦਰ ਕਰਕੇ ਵੀ ਟਾਈਮ ਥੋੜਾ ਹੋ ਜਾਂਦਾ ਜਿੱਦਾਂ ਇੱਥੇ ਆ ਕੇ ਵੇਟ ਥੋੜਾ ਲੂਜ਼ ਹੁੰਦਾ ਇੱਥੇ ਆ ਕੇ ਅੱਛਾ ਲੂਜ਼ ਹੁੰਦਾ ਇੱਥੇ ਹਾਂਜੀ ਇੱਥੇ ਆ ਕੇ ਲੂਜ਼ ਹੁੰਦਾ ਵੇਟ ਥੋੜਾ ਉੱਥੇ ਵੱਧ ਜਾਂਦਾ ਮੈਂ ਕਿਹਾ ਵੱਧਦਾ ਜਾ ਕੇ ਭਾਜੀ ਓਕੇ ਖਰਾਬ ਪਾਣੀ ਦਾ ਫਰਕ ਹੈ ਭਾਜੀ ਉੱਥੇ ਹਾਂ ਕਿਉਂਕਿ ਇੱਥੇ ਹੁਣ ਤੁਹਾਨੂੰ ਪਤਾ ਖਰਾਬ ਪਾਣੀ ਕਿੱਦਾਂ ਦੀ ਹੈ ਡਾਇਆ ਯੂਰੀਆ ਮਿਲਦਾ ਹੋਰ ਤਾਂ ਭਾਜੀ ਨਹੀਂ ਇਹ ਤਾਂ ਕਿਉਂਕਿ ਔਰਗੈਨਿਕ ਚੀਜ਼ਾਂ ਬਹੁਤ ਘੱਟ ਆ ਆਪਣੇ ਔਰਗੈਨਿਕ ਤਾਂ ਕੋਈ ਬੀਜਦਾ ਹੀ ਨਹੀਂ ਜਾਂ ਸਪਰੇਆਂ ਵਾਲਾ ਜਾਂ ਆਹ ਕੁਛ ਹੈ ਤਾਂ ਲਾਭ ਲੱਭ ਕੇ ਭਾਜੀ ਖਾਣੀ ਪੈਂਦੀ ਹੈ ਜਾਂ ਘਰੇ ਬੀਜ ਲਓ ਖੱਤਿਆਂ ਜਾਂ ਆਪੇ ਜਾਂ ਔਰਗੈਨਿਕ ਉਹ ਖਾ ਸਕਦੇ ਹਾਂ ਆਪਾਂ ਤੁਸੀਂ ਕੋਸ਼ਿਸ਼ ਕਰਦੇ ਹੋ ਇਸ ਚੀਜ਼ ਵਾਸਤੇ ਘਰੇ ਔਰਗੈਨਿਕ ਚੀਜ਼ਾਂ ਹਾਂਜੀ ਘਰੇ ਹੈਗੀਆਂ ਭਾਜੀ ਰੂੜੀ ਰੂੜੀ ਖਿਲਾਰ ਕੇ ਦਾਲ ਸਬਜ਼ੀ ਆਪਦੀ ਗਾਜਰਾਂ ਗੁਜਰਾਂ ਮੂਲੀਆਂ ਧਨੀਆਂ ਧੁਨੀਆਂ ਹਰ ਇੱਕ ਸਬਜ਼ੀ ਬਦਾਮ ਬਦੂਮ ਬੀਜੇ ਹੋਏ ਵਿੱਚ ਹਾਂਜੀ ਟਰਾਈ ਕਰੀ ਦੀ ਹੈ ਘਰੇ ਵਗੈਰਾ ਔਰਗੈਨਿਕ ਚੀਜ਼ਾਂ ਉਗਾਉਣ ਦੀ ਸ਼ੁਕਰੀਆ ਭਾਜੀ ਤੁਸੀਂ ਬਹੁਤ ਸਮਾਨ ਲਿਆਤਾ ਸਾਨੂੰ ਸ਼ੁਕਰੀਆ ਜਨਾਬ ਨਹੀਂ ਨਹੀਂ ਆ ਚਾਹ ਵਾਲਾ ਕੰਮ ਤਾਂ ਵਧੀਆ ਕੀਤਾ ਯਾਰ ਹੋਰ ਦੱਸੋ ਕੀ ਚਾਹੀਦਾ ਬਸ 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 ਭਰਾ ਬਹੁਤ ਹੋ ਗਿਆ ਆ ਲਓ ਬਲੇ ਕੋਈ ਗੱਲ ਨਹੀਂ ਸਤਾ ਥੈਂਕ ਯੂ ਸਹੀ ਗੱਲ ਹੈ ਇਹ ਖਰਾਕ ਹੀ ਘਰ ਦੀ ਭਾਰੀ ਜ਼ਰੂਰੀ ਹੈ ਬਸ ਜਿੱਦਾਂ ਗਰਮੀਆਂ ਹੁੰਦੀਆਂ ਬਦਾਮ ਨੂੰ ਰਗੜ ਕੇ ਪੀ ਲਓ ਜਾਂ ਵਧੀਆ ਜੇ ਤੁਹਾਡਾ ਕੋਈ ਬਾਹਰ ਰੈਸ ਆ ਰਿਹਾ ਉਹ ਤੋਂ ਸਪਲੀਮੈਂਟ ਮੰਗਾ ਲਓ ਕਿਉਂਕਿ ਇੱਥੇ ਵੇ ਪ੍ਰੋਟੀਨ ਜਾਂ ਕੁਛ ਵੀ ਸਪਲੀਮੈਂਟ ਹੈ ਸਾਰੀ ਡੁਪਲੀਕੇਟ ਹੈ ਭਾਜੀ ਖਾਓਗੇ ਬਿਮਾਰ ਹੋਊਗੇ ਕੋਈ ਨਹੀਂ ਫਾਇਦਾ ਹੈਗਾ ਉਹਦੇ ਨਾਲ ਕੋਈ ਜੇ ਤੁਹਾਨੂੰ ਜਾਣਦਾ ਵਾ ਵਧੀਆ ਜਾਂ ਬਾਹਰ ਬਾਹਰੋਂ ਕਿਸੇ ਤੋਂ ਹੈ ਨਾ ਮੰਗਾ ਲਓ ਜਾਂ ਪਾਰਸਲ ਕਰਾ ਲਓ ਕੋਈ ਜਾਣ ਪਛਾਣ ਵਾਲਾ ਉਹਨੂੰ ਪੈਸੇ ਦੇ ਦਿਓ ਕਿਉਂਕਿ ਇਹ ਚੀਜ਼ਾਂ ਭਾਜੀ ਤੁਹਾਨੂੰ ਪਤਾ ਹੀ ਇੰਡੀਆ ਦੇ ਵਿੱਚ ਨਕਲੀ ਵੱਧ ਵਿਕਦੀ ਅਸਲੀ ਘੱਟ ਮਿਲਦੀ ਨਕਲੀ ਮਿਲਦੀ ਜਿੱਥੇ ਮਰਜ਼ੀ ਦੇ ਬਿਲਕੁਲ ਸਪਲੀਮੈਂਟ ਵੀ ਕੀ ਕਰੂਗਾ ਬੈਡ ਤੇ ਬੈਠਾ ਸਪਲੀਮੈਂਟ ਖਾਈ ਆ ਕੀ ਕਰੂਗਾ ਜਾਂ ਮਿਹਨਤ ਹੀ ਆ ਨੀ ਮਿਹਨਤ ਨੰਬਰ 1 ਤੇ ਮਿਹਨਤ ਆ ਦੂਜੇ ਨੰਬਰ ਤੇ ਖੁਰਾਕ ਆ ਜੇ ਮਿਹਨਤ ਹੋਊਗੀ ਫੇਰ ਹੀ ਖੁਰਾਕ ਲੱਗੂਗੀ ਕੱਲੀ ਖੁਰਾਕ ਨਾਲ ਵੀ ਗੱਲ ਨਹੀਂ ਬਣਨੀ ਖੁਰਾਕ ਐਵੇਂ ਭਾਜੀ ਟੈਕ ਕਰਾਉਣ ਵਾਲਾ ਕੰਮ ਕੱਲੀ ਖੁਰਾਕ ਹੀ ਖਾਈਏ ਮਿਹਨਤ ਹੈ ਨਹੀਂ ਤਾਂ ਵੀ ਕੰਬੀਨੇਸ਼ਨ ਬਣਨਾ ਚਾਹੀਦਾ ਚੀਜ਼ ਦਾ ਹੈ ਨਾ ਕੰਬੀਨੇਸ਼ਨ ਦਾ ਹੋਵੇ ਕਿਸ ਚੀਜ਼ ਦਾ ਬਿਲਕੁਲ ਹੋਣਾ ਚਾਹੀਦਾ ਹੈ ਨਾ ਹੁਣ ਜੇ ਕਿਸੇ ਦਾ ਕੰਬੀਨੇਸ਼ਨ ਹੀ ਹੈ ਨਹੀਂ ਉਹ ਚੀਜ਼ ਕਿੱਦਾਂ ਚੱਲੂਗੀ ਜਿੰਨੀ ਜਿੰਨੀ ਖੁਰਾਕ ਲੈ ਰਹੇ ਉੰਨੀ ਪ੍ਰੈਕਟਿਸ ਹੋਣੀ ਉੰਨੀ ਜ਼ਿਆਦਾ ਮਿਹਨਤ ਹਾਂ ਉੰਨੀ ਮਿਹਨਤ ਭਾਜੀ ਸਹੀ ਗੱਲ ਪਰ ਉਹ ਪਲੇਅਰ ਤਾਂ ਪੁੱਛਦੇ ਹੋਣਗੇ ਤੁਹਾਨੂੰ ਹਣਾ ਵੀ ਬਹੁਤ ਭਾਜੀ ਬਹੁਤ ਸਾਰੇ ਪਲੇਅਰ ਭਾਜੀ ਹੋਰ ਵੀ ਮੁੰਡੇ ਆਪਣੇ ਹਣਾ ਨਵੇਂ ਮੁੰਡੇ ਵੀ ਪੁੱਛਦੇ ਆ ਹਣਾ ਬਹੁਤਿਆਂ 'ਚ ਦੁੱਲੇ ਵਹਿਮ ਵੀ ਹੈ ਕਿ ਸ਼ਾਇਦ ਕੋਈ ਟੀਕੇ ਲਾ ਕੇ ਅਤੇ ਇਹ ਚੀਜ਼ਾਂ ਨਾਲ ਭਾਜੀ ਯਾਰ ਜੇ ਟੀਕੇ ਵਾਲਾ ਕੰਮ ਹੁੰਦਾ ਮੈਂ ਤਾਂ ਕਿਹਾ ਭਾਜੀ ਜਿੱਥੇ ਮਾੜੀ ਦੱਸੋ ਬਾਈ
ਡਰੱਗ ਟੈਸਟ ਡੋਪ ਲੈਣਾ ਕਿੱਥੇ ਲੈਣਾ ਸੀ ਉੱਥੇ ਦੇ ਦਿੰਦੇ ਹਾਂ ਜੇ ਦੁਨੀਆਂ ਨੂੰ ਜੇ ਹੁਣ ਦੁਨੀਆਂ ਮੰਨ ਨਹੀਂ ਸਕਦੀ ਫਿਰ ਕਿੱਦਾਂ ਯਕੀਨ ਦਵਾ ਦੀ ਭਾਜੀ ਸਮਝਣਾ ਪਰ ਉਹਨਾਂ ਦਾ ਵਹਿਮ ਹੈ ਨਾ ਇਹ ਤਾਂ ਵਹਿਮ ਹੈ ਨਾ ਭਾਜੀ ਉਹਨਾਂ ਦਾ ਸਭ ਜੇ ਕਹੂਗਾ ਟੀਕਾ ਲਾ ਕੇ ਜਾਂ ਜੇ ਮਿਹਨਤੀ ਹੈ ਨਹੀਂ ਟੀਕਾ ਵੀ ਕੀ ਕਰੂਗਾ ਤੁਸੀਂ ਮਿਹਨਤ ਤਾਂ ਕਰੋ ਜੇ ਪਲੇਅਰ ਦੀ ਮਿਹਨਤ ਆ ਤਾਂ ਹਰ ਇੱਕ ਚੀਜ਼ ਪੂਰੀ ਹੋ ਜਾਂਦੀ ਮਿਹਨਤ ਆ ਭਾਵੇਂ ਖੁਰਾਕ ਨਾ ਵੀ ਹੋਵੇ ਤਾਂ ਵੀ ਬੰਦਾ ਤਕੜਾ ਹੁਣ ਸਾਡੇ ਹਾਲਾਤ ਘਰਾਂ ਦੇ ਇੱਦਾਂ ਸੀ ਪਹਿਲਾਂ ਖੁਰਾਕ ਘੱਟ ਹੁੰਦੀ ਮਿਹਨਤ ਜ਼ਿਆਦਾ ਸੀ ਅੱਛਾ ਸ਼ੁਰੂ ਚ ਇਸ ਤਰ੍ਹਾਂ ਦੇ ਹਾਲਾਤ ਸੀ ਹਨਾ ਤੇ ਸੁੱਕੀ ਰੋਟੀ ਖਾ ਕੇ ਰੋਟੀਆਂ ਖਾ ਕੇ ਇੰਨੀ ਖੇਡੀਆਂ ਭਾਜੀ ਹੌਲੀ ਹੌਲੀ ਜਦੋਂ ਮਾੜਾ ਮੋਟਾ ਖੇਡਣ ਲੱਗੇ ਆ ਪਹਿਲਾਂ ਵੇਟ ਤੋਂ ਸਟਾਰਟ ਹੌਲੀ ਹੌਲੀ ਗਾਂ ਹਰ ਕੇ ਪਹਿਲੇ ਆਉਣਾ ਹੌਲੀ ਹੌਲੀ ਕਿਤੇ 200-400 ਮਿਲ ਗਿਆ ਕਿਤੇ ਰੱਖ ਲਿਆ ਤਾਂ ਹੌਲੀ ਹੌਲੀ ਚਲੋ ਬਾਬੇ ਦੀ ਕਿਰਪਾ ਨਾਲ ਚੱਲ ਪਿਆ 4 ਪੈਸੇ ਉਹਨਾਂ ਨੇ ਖੁਰਾਕ ਵੀ ਖਾਣ ਲੱਗ ਗਏ ਪੈਸੇ ਸਾਂਭਣ ਲੱਗ ਗਿਆ ਇਹ ਚੀਜ਼ਾਂ ਜ਼ਰੂਰੀ ਆ ਖੁਰਾਕ ਤਾਂ ਹੁਣ ਕੋਈ ਵੀ ਪਲੇਅਰ ਆ ਖਾਊਗਾ ਰੈਸਟ ਕਰੂਗਾ ਵਧੀਆ ਖੁਰਾਕ ਖਾਊਗਾ ਜੇ ਮਾੜੀ ਚੀਜ਼ ਖਾਊਗਾ ਤਾਂ ਲੰਬਾ ਟਾਈਮ ਨਹੀਂ ਚੱਲੂਗਾ ਹਨਾ ਜੇ ਵਧੀਆ ਖੁਰਾਕ ਖਾਊਗਾ ਵਧੀਆ ਚੀਜ਼ਾਂ ਖਾਊਗਾ ਹਨਾ ਧਿਆਨ ਰੱਖੂਗਾ ਕੇਅਰ ਕਰਨਗੇ ਬੰਦਾ ਲੌਂਗ ਟਾਈਮ ਖੇਡਦਾ